ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਜਿਵੇਂ ਹੀ ਮੁੱਖ ਮਾਰਗਾਂ ਉੱਪਰੋਂ ਪੁਲਿਸ ਨੇ ਆਪਣੀ ਨਾਕਾਬੰਦੀ ਘਟਾਈ ਤਾਂ ਸੂਬੇ ਅੰਦਰ ਨਸ਼ਾ ਤਸਕਰ ਸਰਗਰਮ ਹੋ ਗਏ। ਅਜਿਹੇ ਹੀ 3 ਨਸ਼ਾ ਤਸਕਰਾਂ ਨੂੰ ਖੰਨਾ ਪੁਲਿਸ ਨੇ ਕਾਬੂ ਕੀਤਾ ਜੋ ਕਿ ਦਿੱਲੀ ਤੋਂ ਹੈਰੋਇਨ ਖਰੀਦ ਕੇ ਅੰਮ੍ਰਿਤਸਰ ਲੈ ਕੇ ਜਾ ਰਹੇ ਸਨ। ਕਾਰ ਸਵਾਰ ਇਹਨਾਂ ਤਸਕਰਾਂ ਕੋਲੋਂ 650 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਸਾਹਿਬ ਤੇ ਸਾਡੀ ਜਿਹੜੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਆ ਇਹਨਾਂ ਦੀ ਇਨਫੋਰਮੇਸ਼ਨ ਤੇ ਇੱਕ ਸਾਡਾ ਜੁਆਇੰਟ ਆਪਰੇਸ਼ਨ ਹੋਇਆ ਐਸਟੋ ਸਦਰ ਪਲੱਸ ਕਾਉਂਟਰ ਪੁਲਿਸ ਲੁਧਿਆਣੇ ਟੀਮ ਨੇ। ਉਹਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ 650 ਗ੍ਰਾਮ ਦੇ ਆਸ ਪਾਸ ਹੀਰਨ ਬਰਾਮਦ ਕੀਤੀ। ਦੋਸ਼ੀਆਂ ਦੇ ਖਿਲਾਫ਼ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਇਹ 'ਚ 3 ਦੋਸ਼ੀ ਅਰੈਸਟ ਕੀਤੇ ਆ, ਜਗਵੰਤ ਸਿੰਘ, ਸਰਬਜੀਤ ਸਿੰਘ ਅਤੇ ਸੁਰਿੰਦਰ ਸਿੰਘ। ਤਿੰਨੇ ਜੰਡਿਆਲਾ ਗੁਰੂ, ਫਤਿਹਾਬਾਦ ਅਤੇ ਦਾਰੋਗੜ ਥਾਣੇ ਦੇ ਰਹਿਣ ਵਾਲੇ ਹੈਗੇ ਆ। ਇਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕੀਤਾ ਗਿਆ, ਅਗਲੀ ਤਫਤੀਸ਼ ਜਾਰੀ ਹੈ। ਇਹ ਜਿਹੜੇ ਦਿੱਲੀ ਤੋਂ ਲੈ ਕੇ ਹੀਰਨ ਅੱਗੇ ਜਲੰਧਰ, ਹੁਸ਼ਿਆਰਪੁਰ ਵਗੈਰਾ ਸਪਲਾਈ ਕਰਦੇ ਸੀ, ਇਹ ਪਿਛਲੇ ਕਰੀਬ ਜਿਹੜਾ ਇਹਨਾਂ 'ਚੋਂ ਇੱਕ ਦੋ ਬੰਦੇ ਪਹਿਲਾਂ ਆਲਰੇਡੀ ਜੇਲ੍ਹ 'ਚ ਵੀ ਰਹੇ ਆ। ਇਹਨਾਂ ਦੇ ਖਿਲਾਫ਼ ਇੱਕ ਦੇ ਖਿਲਾਫ਼ NDPS ਐਕਟ ਦਾ ਔਰ ਦੂਸਰੇ ਬੰਦੇ ਦੇ ਖਿਲਾਫ਼ ਐਕਸਾਈਜ਼ ਐਕਟ ਦਾ ਕੇਸ ਆ। ਕਹਿੰਦੇ ਜੇਲ੍ਹ 'ਚ ਕਿਸੇ ਦਿੱਲੀ ਦੇ ਬੰਦੇ ਨਾਲ ਮੁਲਾਕਾਤ ਹੋਈ ਸੀ, ਉੱਤੋਂ ਇਹ ਪਿਛਲੇ ਕਰੀਬ 6-7 ਮਹੀਨੇ ਤੋਂ ਇਹ ਕੰਮ ਕਰ ਰਹੇ। ਕਿੰਨੀ ਕੇਸ ਇਹਨਾਂ ਦੀ? ਏਜ ਉਹੀ 30 ਸਾਲ ਦੇ ਆਸ ਪਾਸ, 28-30 ਸਾਲ ਦੇ ਹੈਗੇ। ਇਹਦੇ 'ਤੇ ਪਹਿਲਾਂ ਜਿਹੜਾ ਇੱਕ ਵਿੱਚ ਹੈਗਾ ਉਹਦੇ ਐਕਸਾਈਜ਼ ਦੇ ਪਰਚੇ ਦਰਜ ਹੈਗੇ ਆ। ਸੈਕਿੰਡ ਮੁਲਜ਼ਮ ਹੈਗਾ ਉੱਤੇ ਪਹਿਲਾਂ ਗੋਲੀ ਦਾ ਪਰਚਾ ਦਰਜ ਹੈਗਾ। ਇਹਨਾਂ ਨੇ ਜਲੰਧਰ ਅਤੇ ਹੁਸ਼ਿਆਰਪੁਰ ਸਪਲਾਈ ਕਰਦੇ ਆ। ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ, ਅਸੀਂ ਇਹ ਜਿਹੜੇ ਇਹਦਾ ਬੈਕਵਰਡ ਅਤੇ ਫਾਰਵਰਡ ਲਿੰਕ ਲੱਭ ਕੇ ਉਹਨਾਂ ਦਾ ਸਾਫ਼ ਹੀ ਕਰ ਦਿੱਤਾ। ਇਹਦਾ ਰਿਮਾਂਡ 2 ਦਿਨ ਦਾ ਮਿਲਿਆ, 2 ਦਿਨ ਦਾ ਰਿਮਾਂਡ ਮਿਲਿਆ। ਜਿਹੜੀ ਅਸੀਂ ਆ ਹੀਰੋਇਨ ਫੜੀ ਹੈ ਇਹਦੀ ਅੰਤਰਰਾਸ਼ਟਰੀ ਜਿਹੜੀ ਮਾਰਕੀਟ ਆ ਉਹ 'ਚ ਕਰੀਬ 3.5 ਕਰੋੜ ਰੁਪਏ ਦੀ ਕੀਮਤ ਹੈਗੀ। ਅਸੀਂ ਮਨੀ ਅਜੇ ਡਰੱਗ ਮਨੀ ਕੋਈ ਨਹੀਂ ਹੈਗੀ, ਸਵਿਫਟ ਕਾਰ 'ਤੇ ਸੀ। ਅਸੀਂ ਕਾਰ ਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਕਿਹਦੇ ਨਾਂ 'ਤੇ ਹੈਗੀ, ਉਹ ਕਿੱਦਾਂ ਖਰੀਦੀ ਗਈ ਹੈ। ਇਹ ਸਰ ਪਾਰਟ ਆਫ ਇਨਵੈਸਟੀਗੇਸ਼ਨ ਹੈ। ਨੋ, ਅਜੇ ਤੱਕ ਕੋਈ ਨਹੀਂ ਗੱਲ ਸਮਝ ਆਈ। ਸਿਰਫ ਇਹ ਬੰਦੇ ਲਾਲਚ ਆ ਕੇ ਜੇਲ੍ਹ 'ਚ ਰਹੇ ਸੀ, ਉਹਦੀ ਮੁਲਾਕਾਤ ਜਿਹੜੀ ਹੈਗੀ ਉਹ ਨਸ਼ੇ ਵਾਲੇ ਬੰਦਿਆਂ ਨਾਲ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਅੱਗੇ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ, ਪੈਸੇ ਦੇ ਲਾਲਚ 'ਚ। ਇਹਦੇ 'ਤੇ ਆਪਣੇ 21-85 ਐਕਟ ਦੇ ਤਹਿਤ ਕੇਸ ਰਜਿਸਟਰ ਕੀਤਾ ਗਿਆ ਅਤੇ ਇਹਨਾਂ ਦਾ ਰਿਮਾਂਡ ਲੈ ਲਿਆ। ਇਸ ਤੋਂ ਬਾਅਦ ਇਹਨਾਂ ਨੂੰ ਅਸੀਂ JS ਵੀ ਭੇਜਾਂਗੇ। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड DTH स्मार्ट सेटअप बॉक्स, सभी OTT प्लेटफॉर्म। 24 घंटे लाइव देखे हमारे सोशल मीडिया पेजेस पर।